जयपाल जिहड़ा वो गैंगस्टर किवें बनिया? जयपाल बिल्कुल कोई कॉलेज वगैरह च लड़ाई हुई सी ते बिट्टू ते उहदे विच ही कॉलेज पढ़दिआं पढ़दिआं इह मुंडिआं दी लड़ाई च कोई ते परचा पुरचा हो गया ते मैं वी इहदे नाल बड़ी सख्ती नाल पेश आया भी मैं इहदे नाल बिल्कुल नाते तोते तोड़ते ते मैं कोई संबंध नहीं रखिया ना मैं इहदी मुलाकात कीती ते उदों पिछों इहने जदों जेल च मैं ना वकील कीता मैं अपनी घरवाली नूं मैं सख्त हदायत कीती भी इहदी मुलाकात नहीं करनी ते जदों जेल चों ही मैनूं कुछ पुलिस वालिआं ने पेश करन जाणा ते उहनां ने मैनूं फोन ते कहणा जां घर मिल के वी आए कई मेरे थाणेदार वगैरा ते उहनां मैनूं कहा भी ਉਹ ਸਰ ਜੀ ਬੜਾ ਪਛਤਾਉਂਦਾ ਵਾ ਵੀ ਮੈਂ ਆਪਣੇ ਪਿਓ ਨਾਲ ਬੜੀ ਚੀਟਿੰਗ ਕੀਤੀ ਆ ਵੀ ਉਹਨੇ ਮੈਨੂੰ ਪਲੇਅਰ ਬਣਾਇਆ ਅਤੇ ਮੈਨੂੰ ਪੜ੍ਹਾ ਰਿਹਾ ਸੀ ਅਤੇ ਮੈਂ ਗਲਤ ਸੋਸਾਇਟੀ 'ਚ ਪੈ ਗਈ ਅਤੇ ਉਹਦੀ ਬਹੁਤ ਜ਼ਿਆਦਾ ਬੇਇੱਜ਼ਤੀ ਤੁਹੀਨ ਸਭ ਕੁਛ ਕੀਤੀ ਹੈ ਅਤੇ ਮੈਨੂੰ ਉਸ ਗੱਲ ਦਾ ਬੜਾ ਦੁੱਖ ਆ ਅਤੇ ਉਹ ਕਹਿੰਦੇ ਆ ਵੀ ਇੱਕ ਕਰਾਂ ਡੈਡੀ ਨੂੰ ਕਹੋ ਵੀ ਮੈਨੂੰ ਮੇਲੇ ਅਤੇ ਮੈਂ ਇਹਦੂੰਗਾ ਨਹੀਂ ਕਰਾਂਗਾ ਜੇਲ੍ਹ ਦਾ ਰਿਕਾਰਡ ਬੋਲਦਾ ਮੁਲਾਜ਼ਮ ਕਈ ਜਿੰਦਾ ਨੇ ਜਿਹੜੇ ਮੇਰੇ ਕੋਲ ਆਏ ਜਿਹੜੇ ਉਹਨੂੰ ਪੇਸ਼ ਕਰਨ ਜਾਂਦੇ ਸੀ ਮੈਂ ਜੇਲ੍ਹ 'ਚ ਗਿਆ ਮੈਂ ਜੇਲ੍ਹ ਵਾਲਿਆਂ ਨੂੰ ਦੱਸਿਆ ਵੀ ਮੈਂ ਇਸ ਤਰ੍ਹਾਂ ਪੁਲਿਸ ਇੰਸਪੈਕਟਰ ਹਾਂ ਉਹਨਾਂ ਮੇਰੀ ਡਿਊਟੀ 'ਚ ਸੈਪਰੇਟ ਮੁਲਾਕਾਤ ਕਰਾਤੀ ਅਤੇ ਮੈਂ ਇਹਨੂੰ ਕਿਹਾ ਵੀ ਹਾਂ ਜੈਪਾਲ ਬਹੁਤ ਕੁਛ ਖਤਮ ਹੋ ਚੁੱਕਾ ਨਾ ਹੀ ਰਹਿ ਗਿਆ ਪਿਓ ਪੁੱਤ ਦਾ ਇੱਧਰ ਉੱਧਰ ਆ ਵੀ ਤੂੰ ਮੇਰਾ ਪੋਤਿਆਂ ਦੇ ਪਿਓ ਆ ਅਤੇ ਹੁਣ ਦੱਸ ਅਤੇ ਮੈਨੂੰ ਉਹ ਗਲੇਡੋ ਸੁੱਟ ਕੇ ਕਹਿੰਦਾ ਵੀ ਡੈਡੀ ਜੀ ਮੈਂ ਬਹੁਤ ਵੱਡਾ ਗਨਾਹ ਕੀਤਾ ਤੁਹਾਡਾ ਵਿਸ਼ਵਾਸ ਤੋੜਿਆ ਅਤੇ ਮੈਂ ਯਾਰਾਂ ਦੋਸਤਾਂ 'ਚ ਗੁਬਰਾ ਹੋ ਕੇ ਅਤੇ ਇੱਧਰ ਪੈ ਗਿਆ ਅਤੇ ਮੈਨੂੰ ਮਾਫ਼ ਕਰ ਦਿਓ ਅਤੇ ਮੈਂ ਅੱਗੇ ਤੋਂ ਨਹੀਂ ਕਰਦਾ ਮੈਂ ਆਖਿਆ ਵੀ ਤੈਨੂੰ ਮੈਂ 6 ਮਹੀਨੇ ਦਾ ਟਾਈਮ ਦਊਂਗਾ 6 ਮਹੀਨੇ ਤੂੰ ਘਰ ਆ ਜਾਈ ਅਤੇ ਉਹਦੇ ਵਿੱਚ 6 ਮਹੀਨੇ ਜੇ ਤੂੰ ਪਾਕ ਸਾਫ਼ ਰਹੇਗਾ ਤਾਂ ਚਲੋ ਮੈਂ ਜਿਹੜਾ ਤੈਨੂੰ ਬਦਖਲ ਕੀਤਾ ਜਾਂ ਜੂਆਂ ਜਾਂ ਘਰੋਂ ਤੇਰੀ ਸਭ ਕੁਝ ਕੱਟਿਆ ਉਦੋਂ ਸ਼ੁਰੂ ਹੋ ਜਾਊਗੀ ਤਾਂ ਕੋਈ ਤੈਨੂੰ ਮੈਂ ਆਪੇ ਕਿਸੇ ਲਾਈਨ 'ਤੇ ਚਾੜ ਦਿਆਂਗਾ ਤੈਨੂੰ ਬਾਹਰ ਭੇਜਾਂ ਬਿਜਨਸ ਸੈੱਟ ਕਰਾਂ ਕੁਛ ਕਰਾਂ ਕਰ ਦਿਆਂ ਉਦੋਂ ਬਾਅਦ ਮੈਂ ਤੇਰੇ ਨਾਲ ਕਹਿੰਦਾ ਜੀ ਠੀਕ ਆ ਜੈਪਲ ਜਦੋਂ ਅਜੇ ਜੇਲ੍ਹ 'ਚ ਹੀ ਸੀ ਅਤੇ ਕੁਛ ਦਿਨ ਬਾਅਦ ਉਹਦੀ ਬਦਲੀ ਨਾਭੇ ਜੇਲ੍ਹ ਦੀ ਕਰ ਦਿੱਤੀ ਗਈ ਨਾਭੇ ਜੇਲ੍ਹ 'ਚੋਂ ਇੱਕ ਕੋਈ ਬੰਦਾ ਆਇਆ ਉਹ ਮੇਰੀ ਘਰਵਾਲੀ ਨੂੰ ਸੁਨੇਹਾ ਲਾ ਗਿਆ ਵੀ ਜੈਪਾਲ ਨਾਭੇ ਜੇਲ੍ਹ 'ਚ ਆ ਮੈਂ ਤਾਂ ਫਿਰੋਜ਼ਪੁਰ ਹੀ ਸਮਝਿਆ ਸੀ ਨਾਭੇ ਜੇਲ੍ਹ 'ਚ ਆ ਅਤੇ ਉਹਨੇ ਸੁਨੇਹਾ ਘੱਲਿਆ ਵੀ ਡੈਡੀ ਜਿਹੜੇ ਨੇ ਅੰਦਰ ਇਕੱਲੇ ਹੀ ਆਉਣ ਜਾਂ ਮੇਰੀ ਮੁਲਾਕਾਤ ਲਈ ਤਾਂ ਜ਼ਰੂਰ ਮਿਲਣ ਅਤੇ ਅੰਦਰ ਹੋ ਕੇ ਇਹਨੂੰ ਲੈ ਕੇ ਆਉਣ ਮੈਂ ਮੁੰਡਾ ਲੈ ਨਾਲ ਡਰਾਈਵਰ ਅਤੇ ਮੈਂ ਉੱਥੇ ਨਾਭੇ ਚਲਾ ਗਿਆ ਜਦੋਂ ਨਾਭੇ ਚਲਾ ਗਿਆ ਤਾਂ ਉੱਥੇ ਸਾਡੀ ਸੈਪਰੇਟ ਗੱਲ ਹੋ ਗਈ ਅਤੇ ਉਹ ਥੋੜ੍ਹਾ ਚੁੱਪ ਚਾਪ ਸੀ ਜਿਵੇਂ ਮੈਂ ਉਹਨੂੰ ਕਿਹਾ ਵੀ ਤੇਰਾ ਫਰਜ਼ ਹੈ ਮੈਨੂੰ ਸੱਚ ਬੋਲਣਾ ਅਤੇ ਗੱਲ ਦਾ ਸੋਚ ਜੇ ਆ ਅਤੇ ਉਹ ਕਹਿੰਦਾ ਵੀ ਨਾਭੇ ਜਿਹੜਾ ਮੈਨੂੰ ਪਤਾ ਲੱਗਾ ਵੀ ਮੌੜ ਸਾਹਿਬ ਜਿਹੜੇ DIG ਨੇ ਉਹ ਇੱਥੇ ਆਏ ਸੀ ਨਾਭੇ ਅਤੇ ਉਹਨਾਂ ਕਿਹਾ ਵੀ ਜੈਪਾਲ ਜਿੱਦਣ ਇਹਦੇ ਕਾਗਜ਼ ਆਏ ਇਹਨੂੰ ਰਿਹਾਅ ਨਹੀਂ ਕਰਨਾ ਉਸੇ ਵੇਲੇ ਇਨਫੋਰਮੇਸ਼ਨ ਦੇਣੀ ਹੈ ਅਤੇ ਇਹਨੂੰ ਰੋਕੀ ਰੱਖਣਾ ਅਤੇ ਉਹਦਾ ਮੂਲ ਕਾਰਨ ਇਹ ਆ ਵੀ ਉਹ ਰੋਕੀ ਦਾ ਦੋਸਤ ਆ ਅਤੇ ਰੋਕੀ ਦਾ ਕਰਕੇ ਉਹਨੂੰ ਹੋਇਆ ਵੀ ਮੈਨੂੰ ਨਿਕਲਦਿਆਂ ਉਹਨੂੰ ਕਿਸੇ ਜੇਲ੍ਹ ਅਫਸਰ ਨੇ ਜਾਂ ਪਾਣੀ ਪੀਣ ਵਾਲੇ ਨੇ ਗੱਲ ਦੱਸਤੀ ਸੀ ਵੀ ਤੈਨੂੰ ਨਿਕਲਦਿਆਂ ਸ਼ੂਟ ਕਰ ਦਿੱਤਾ ਜਾਏਗਾ ਇੱਥੋਂ ਹੀ ਕਿਉਂਕਿ ਉਹਨੂੰ ਰੋਕੀ ਨੂੰ ਵੀ ਪਤਾ ਲੱਗ ਗਿਆ ਸੀ ਵੀ ਇਹ ਛੱਡ ਚੁੱਕਾ ਜਾਂ ਇਹਨੇ ਪਿਓ ਨੂੰ ਆਹ ਪ੍ਰੋਮਿਸ ਕੀਤਾ ਜਾਂ ਇੱਧਰ ਉੱਧਰ ਆ ਉਹ ਖੁੱਲ੍ਹੀ ਗੱਲ ਸੀ ਮੈਂ ਵੀ ਹਰਕਤ ਨੂੰ ਦੱਸੀ ਵੀ ਮੇਰੇ ਨਾਲ ਉਹਨੇ ਆਹ ਕੀਤਾ ਜਿਹਨੇ ਵੀ ਪੁੱਛਿਆ ਅਤੇ ਦੇਖ ਲਓ ਵੀ ਇਹ ਜੇਲ੍ਹ 'ਚੋਂ ਨਿਕਲਦਿਆਂ ਹੀ ਉਹਨੇ ਸੁਧਰਨਾ ਤਾਂ ਕੀ ਸੀ ਵੀ ਉਹਦੇ ਦੁਆਲੇ ਮੌਤ ਸੀ ਮੈਂ ਉਹਨੂੰ ਕਿਹਾ ਵੀ ਨਹੀਂ ਇਹ ਤੈਨੂੰ ਫਿਰ ਭਗੌੜਾ ਦੇਣ ਕਰਨਗੇ ਅਤੇ ਤੂੰ ਇੱਕ ਨਾ ਆ ਅਤੇ ਮੈਂ ਤੈਨੂੰ ਅਫਸਰਾਂ ਨਾਲ ਆਪਾਂ ਗੱਲ ਕਰਾਂਗੇ ਜੇ ਉਹ ਆ ਕੋਈ ਦੂਰ ਨੇੜੇ ਨਿਕਲ ਜਾਈ ਵੀ ਆਪਾਂ ਇਹ ਕੰਮ ਕਰਨਾ ਹੀ ਨਹੀਂ ਛੱਡਣਾ ਹੀ ਮੈਂ ਉਹਨੂੰ SSP ਸਾਹਿਬ ਸਣ ਉਹਨਾਂ ਕੋਲ ਇੱਥੇ ਲੈ ਕੇ ਗਿਆ ਅਤੇ ਆਪਣੇ ਤੌਰ 'ਤੇ ਉਹਨਾਂ ਨੂੰ ਗੱਲ ਵੀ ਦੱਸੀ ਉਹਨਾਂ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਵੱਡੀ ਕਰਾਂਗੇ ਹੈਲਪ ਅਤੇ ਚਲੋ ਉਹਨਾਂ ਕੀਤੀ ਵੀ ਪੀਏ ਤੁਸੀਂ ਟਿੱਕ ਕੇ ਬਹਿ ਜਾਓ ਅਤੇ ਕੋਈ ਇਹੋ ਜਿਹੀ ਗੱਲ ਨਹੀਂ ਹੋਏਗੀ ਵੀ ਇਹਨੂੰ ਆਣ ਕੇ ਘਰੇ ਕੋਈ ਮਾਰ ਜੇ ਉਹ ਅਜੇ ਕੰਮ ਚੱਲ ਹੀ ਰਿਹਾ ਸੀ ਅਤੇ ਅਮਰ ਸਿੰਘ ਚਾਹਲ ਇੱਥੇ DIG ਸਨ ਉਹਨਾਂ 4 ਗੰਨਾਂ ਉਹਨਾਂ ਨੂੰ ਦੇਤੀਆਂ ਇਹਨੂੰ ਮਾਰਨ ਵਾਸਤੇ ਜਿਹ 'ਚ ਸਾਲਟ ਤੋਂ ਲੈ ਕੇ ਅਤੇ ALR ਤੱਕ ਸੀ ਅਤੇ ਪੂਰਾ ਅਸਲਾ ਸੀ ਪ੍ਰਾਈਵੇਟ ਬੰਦਿਆਂ ਨੂੰ DIG ਨੇ ਅਮਰ ਸਿੰਘ ਚਾਹਲ ਨੇ
चार गन्ना दीतियां एदे च जे कोई झूठ होवे अमर सिंह चाल चाल जींदा ए छड्डो जी डेटा ही मैं डिस्टर्ब इहो जे सवाल करोगे तो उलझ जाऊंगा भाई बात वैसे नहीं ना मैनू कित्थों मैं तुहानूं तरीक दसा हाँ तुहाडा इस तरह होया होवे इस तरह तुहाडा उजड़ गया होवे तुसीं डेट दसोगे वी कहड़ी डेट दो जी ते ओ अज अपना पुत लैके गुरुद्वारे चढ़ जे जां मैं चढ़दा मैं उन्हूं टाइम दसांगा वी इन्ने वजे आ बंदे सी चार जिन्हां नूं इन्हें घर सद के गन्ना दित्तियां ते जयपाल मार ली दित्तियां मेरे घर मेरे जाणू मुलाजम भेजे जिहड़े सिक्योरिटी सी आई डी च लगे सी मैनूं मिलण दे बहाने आए ਵੀ ਤੁਹਾਡਾ ਤੁਸੀਂ ਠੀਕ ਨਹੀਂ ਬਿਮਾਰ ਮੇਰਾ ਐਕਸੀਡੈਂਟ ਹੋਇਆ ਸੀ ਪਹਿਲਾਂ ਦਾ ਮੈਂ ਬੈੱਡ 'ਤੇ ਹੀ ਸਾਂ ਪਰ ਉਹਨਾਂ 'ਚੋਂ ਕੁਛ ਇੱਕ ਨੇ ਮੈਨੂੰ ਦੱਸਿਆ ਮੈਂ ਉਹਨਾਂ ਨੂੰ ਜੈਪਾਲ ਨੂੰ ਨਹੀਂ ਮਿਲਾਇਆ ਹਾਲਾਂ ਅੰਦਰ ਦੂਜੇ ਕਮਰੇ 'ਚ ਬੈਠਾ ਹੁੰਦਾ ਸੀ ਅਤੇ ਉਹਨਾਂ 'ਚੋਂ ਮੈਨੂੰ ਕੁਛ ਨੇ ਦੱਸਿਆ ਵੀ ਸਾਨੂੰ ਇਸੇ ਕਰਕੇ ਘੱਲਿਆ ਸਾਡਾ ਨਾਂ ਨਾ ਲਿਓ ਨੌਕਰੀ ਦਾ ਮਸਲਾ ਵੀ ਪਤਾ ਕਰੋ ਵੀ ਜੈਪਾਲ ਘਰ ਆ ਉਹਨਾਂ ਮੇਰੇ ਨਾਲ ਜਿੱਦ ਕੀਤੀ ਵੀ ਅਸੀਂ ਨਿਗਾਹ ਜਿਹਾ ਵੇਖਿਆ ਸਾਨੂੰ ਮਿਲਾਓ ਉਹ ਜੇ ਆ ਉਹਨਾਂ 'ਚੋਂ ਵੀ ਮੁਲਾਜ਼ਮ ਉਹ ਜ਼ਿੰਦਾ ਹੋਣਗੇ ਇੱਕ ਦੋ ਤਾਂ ਮੈਨੂੰ ਯਾਦ ਆ ਨਾ ਵੀ ਮਿਲਾਓ ਮੈਂ ਕਿਹਾ ਵੀ ਨਹੀਂ ਉਹ ਤਾਂ ਹੈ ਨਹੀਂ ਉਹ ਤਾਂ ਬਾਹਰ ਗਿਆ ਅਤੇ ਕਿਤੇ ਗਿਆ ਅਤੇ ਬਾਅਦ 'ਚ ਉਹਨਾਂ ਨੇ ਈਵਨ ਦੈਟ ਸ਼ਰਾਬ ਤੱਕ ਦਾ ਕੀਤਾ ਅੰਕਲ ਪੈਗ ਲਾਉਣਾ ਮੈਂ ਥੱਕਿਆ ਟੁੱਟਿਆ ਉਹ ਜੇ ਆ ਵੀ ਮੈਂ ਵੀ ਮੈਂ ਤਾਂ ਪੀਂਦਾ ਪੂੰਦਾ ਨਹੀਂ ਨਾ ਇੱਥੇ ਮੈਂ ਤੈਨੂੰ ਟਿਕੇ ਤੋਂ ਮੰਗਾ ਦਿੰਦਾ ਦਿਨ ਦੇ ਟਾਈਮ ਮੰਗਾਈ ਪੀਤੀ ਵੀ ਸ਼ਾਇਦ ਮੈਂ ਪੀ ਕੇ ਅੰਕਲ ਨਹੀਂ ਨਹੀਂ ਤੁਸੀਂ ਵੀ ਪੈਗ ਲਾਓ ਉਹ ਜੇ ਆ ਮੰਮੀ ਉਦੋਂ ਇੱਕ ਦੋ ਪੈਗ ਲਾਏ ਅਤੇ ਉਹਨਾਂ ਨੇ ਉੱਚਾਇਆ ਵੀ ਸ਼ਾਇਦ ਕਹੂਗਾ ਵੀ ਜੈਪਾਲ ਫਲਾਣੀ ਥਾਂ ਤਾਂ ਕਿ ਉਹਨੂੰ ਹਿੱਟ ਕਰ ਦਿੱਤਾ ਜਾਏ ਸਾਂਭ ਦਿੱਤਾ ਜਾਏ ਮੈਂ ਉਹ ਹੀ ਐਸ ਐਸ ਪੀ ਸਾਹਿਬ ਕੋਲ ਗਿਆ ਜਦੋਂ ਮੈਂ ਉਹਨਾਂ ਨੂੰ ਦੱਸਿਆ ਅਤੇ ਵੀ ਆਹ ਗੱਲ ਆ ਜੀ ਅਤੇ ਉਹ ਉਦੋਂ ਹੀ ਸਿਰ ਫੜ ਕੇ ਬਹਿ ਗਏ ਉਹ ਕਹਿੰਦੇ ਭੁਪਿੰਦਰ ਸਿੰਘ ਮੈਂ ਤੈਨੂੰ ਕੀ ਦੱਸਾਂ ਅਤੇ ਤੂੰ ਖੁਦ ਪੁਲਿਸ ਸਾਰੀ ਉਮਰ ਰਿਹਾ ਤਾਂ ਤੂੰ ਸਾਰੇ ਹਾਲਾਤ ਸਮਝਦਾ ਤਾਂ ਤੂੰ ਇਹ ਸਭ ਜਾਣਦਾ ਹੁਣ ਜਿਵੇਂ ਕਿਵੇਂ ਆ ਆਪਣੀ ਜਾਨ ਬਚਾਓ ਜਾਣੀ ਮੈਂ ਬੇਵਾਸੀਆਂ ਤੋਂ ਹੈ ਵੀ ਵਿਚਾਰਾ ਬੇਵਾਸੀ ਜੋ ਡੀ ਏ ਜੀ ਹਥਿਆਰ ਮਾਰ ਲਈ ਦੇਣ ਡਿਆ ਤਾਂ ਐਸ ਐਸ ਪੀ ਕੀ ਕਰ ਸਕਦਾ ਹੈ ਅਤੇ ਕਈ ਦਿਨ ਅਸੀਂ ਇੱਥੇ ਡਿਸਕਸ ਕਰਦੇ ਅਤੇ ਜੈਪਾਲ ਘਰੋਂ ਚਲਾ ਗਿਆ ਬਾਅਦ 'ਚ ਜਿਹੜੀ ਗੇਮ ਹੈ ਉਹ ਇਹ ਚੱਲਦੀ ਰਹੀ ਵੀ ਉਹਨੂੰ ਮਾਰਨ ਦੀ ਸਿਰਫ ਜਦੋਂ ਕਿ ਉਹਨੇ ਕੋਈ ਇਹੋ ਜਿਹਾ ਉਦੋਂ ਕ੍ਰਾਈਮ ਨਹੀਂ ਸੀ ਕੀਤਾ ਅਤੇ ਕੋਈ ਉਹ ਬਹੁਤ ਤਕੜਾ ਗੈਂਗਸਟਰ ਜਾਂ ਉਹ ਜੇ ਨਹੀਂ ਸੀ ਵੀ ਜਿਹੜਾ ਉਹਨੂੰ ਮਾਰਨਾ ਜ਼ਰੂਰੀ ਉਹਨੂੰ ਫੜਨਾ ਨਹੀਂ ਉਹਨੂੰ ਮਾਰਨ ਦੀ ਪ੍ਰਪੋਜ਼ਲ ਸੀ ਅਸਲਾ ਦਿੱਤਾ ਗਿਆ ਅਸਲੇ ਦੇ ਵਿੱਚ ਉਹ ਆਪਣਾ ਸਿਕਿਉਰਿਟੀ ਦਿੱਤੀ ਗਈ ਉਹਨੂੰ ਮਾਰਨ ਵਾਲਿਆਂ ਨੂੰ ਗਨਮੈਨ ਦਿੱਤੇ ਗਏ ਜਿਹੜੇ ਖੁਦ ਗੈਂਗਸਟਰ ਸਨ ਉਹਨਾਂ ਨੂੰ ਪੁਲਿਸ ਦੇ ਚਾਰ ਚਾਰ ਪੰਜ ਪੰਜ ਗਨਮੈਨ ਦਿੱਤੇ ਗਏ ਅਤੇ ਗੱਡੀਆਂ ਦਿੱਤੀਆਂ ਗਈਆਂ ਸੈੱਟ ਦਿੱਤੇ ਗਏ ਫੋਨ ਦਿੱਤੇ ਗਏ ਵੀ ਤੂੰ ਕਿਤੇ ਵੀ ਲੱਭ ਕੇ ਤੂੰ ਉੱਥੇ ਹੀ ਮਾਰ ਦੇ ਉਹਨੂੰ ਅਤੇ ਇਹ ਨਹੀਂ ਵੀ ਪੁਲਿਸ ਉਹਨੂੰ ਫੜਨ ਨੂੰ ਫਿਰਦੀ ਸੀ ਪੁਲਿਸ ਫੜਨ ਨੂੰ ਫਿਰਦੀ ਫੜ ਲੈਂਦੀ ਉਹਨੂੰ ਮਾਰਨ ਲਈ ਸੀ ਮੈਂ ਅਖੀਰ ਬਥੇਰੀਆਂ ਕੋਸ਼ਿਸ਼ਾਂ ਕਾਸ਼ਿਸ਼ਾਂ ਕੀਤੀਆਂ ਜਿੱਧਰ ਵੀ ਕਿਸੇ ਹੱਥ ਪਾਇਆ ਵੀ ਕਿਹਦੇ ਜਾਵਾਂ ਕਿਹਨੂੰ ਕਹਾਂ ਕਿ ਤੁਸੀਂ ਇਹ ਬੰਦ ਕਰੋ ਮੈਂ ਉਹਨੂੰ ਕਿਵੇਂ ਨਾ ਕਿਵੇਂ ਪੇਸ਼ ਕਰ ਦਿੰਦਾ ਜਾਂ ਫੜਾ ਦਿੰਦਾ ਪਤਾ ਕਰਕੇ ਮੈਨੂੰ 6 ਮਹੀਨੇ ਲੱਗੇ ਡੀ ਜੀ ਪੀ ਅਰੋੜਾ ਸਾਹਿਬ ਨਾਲ ਮਿਲਣ 'ਤੇ ਹੀ ਕਈਆਂ ਨੂੰ ਮੈਂ ਕਿਹਾ ਕਿ ਅਖੀਰ ਇੱਕ ਭਲਾਪੁਰ 'ਚ ਕੇ ਦੂਰੋਂ ਦਾਰੋਂ ਮਿਲਿਆ ਉਹਨੇ ਗੱਲ ਕੀਤੀ ਜੀ ਉਹਦਾ ਪਿਓ ਮਿਲਣਾ ਚਾਹੀਦਾ ਅਤੇ ਜਿਹੜਾ ਬੰਦਾ ਦੇ ਅਰੋੜਾ ਸਾਹਿਬ ਨੇ ਮੈਨੂੰ ਟਾਈਮ ਦਿੱਤਾ ਅਤੇ ਜਦੋਂ ਮੈਂ ਅਰੋੜਾ ਸਾਹਿਬ ਨੂੰ ਮਿਲਿਆ ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਸਰ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ ਮੈਂ ਉਹਨਾਂ ਮੁਲਜ਼ਮਾਂ ਨੂੰ ਵੀ ਪੁੱਛਿਆ ਵੀ ਆਹ ਜਿਹੜੇ ਵੱਡੇ ਕੇਸ ਨੇ ਜਿਹਦੇ 'ਚ ਉਹ ਸੁੱਖਾ ਕਾਹਲੋਂ ਮਾਰਿਆ ਅਤੇ ਉਹਦੇ 'ਚ ਬਿਲਕੁਲ ਜੈਪਾਲ ਹੈ ਨਹੀਂ ਸੀ ਐਸ ਪੀ ਦੀ ਸਟੇਟਮੈਂਟ ਆ ਵੀ ਜੈਪਾਲ ਬਿਲਕੁਲ ਹੈ ਨਹੀਂ ਸੀ ਅਤੇ ਮੁੰਡੇ ਫੜੇ ਗਏ ਆ ਸਾਰੇ ਜਿਨ੍ਹਾਂ ਨੇ ਮਾਰਿਆ ਨਾ ਕੋਈ ਇਹਨੂੰ ਪਤਾ ਵੀ ਨਹੀਂ ਸੀ ਇਸ ਤਰ੍ਹਾਂ ਹੀ ਹੋਰ ਵੱਡੇ ਕੇਸ ਸੀਗੇ ਅਤੇ ਤੁਸੀਂ ਜੇ ਜਿਹੜਾ ਨਜਾਇਜ਼ ਪਾਏ ਆ ਤਾਂ ਤੁਹਾਨੂੰ ਪਤਾ ਕਹਿੰਦਾ ਹਾਂ ਪਤਾ ਅਤੇ ਮੈਂ ਕਿਹਾ ਤੁਸੀਂ ਨਜਾਇਜ਼ ਕੇਸ ਉੱਤੇ ਕੱਢ ਦਿਓ ਜਿਹੜਾ ਕੇਸ ਉਹਨੇ ਕੀਤਾ ਉਹਨੂੰ ਪਾਓ ਉਹਨੂੰ ਪੁੱਛ ਗਿੱਛ ਕਰੋ ਮੈਂ ਨਹੀਂ ਉਹਨਾਂ ਨੂੰ ਹੱਥ ਲਾਓ ਜੋ ਵੀ ਤੁਹਾਡਾ ਤਰੀਕਾ ਕਰੋ ਅਤੇ ਮੈਂ ਉਹਨੂੰ ਕਿਵੇਂ ਨਾ ਕਿਵੇਂ ਸੈੱਟ ਕਰਕੇ ਪੇਸ਼ ਕਰ ਦਿੰਦਾ ਜੇ ਮੇਰੇ ਵੱਲ 'ਚ ਨਾ ਆਇਆ ਤਾਂ ਮੈਂ ਉਹਨੂੰ ਫੜਾ ਦੂੰਗਾ ਕਿਸੇ ਢੰਗ ਨਾਲ ਅਤੇ ਗੱਲ ਆਪਣੇ ਦੋਵਾਂ 'ਚ ਹੀ ਰਹੇਗੀ ਵੀ ਮੈਂ ਫੜਾਇਆ ਹਾਂਜੀ ਉਹਨਾਂ ਮੈਨੂੰ ਫੋਨ ਨੰਬਰ ਦਿੱਤਾ ਉਹ ਅੱਜ ਵੀ ਜੀਂਦੇ ਜਾਗਦੇ ਨੇ ਅਤੇ ਉਹਨਾਂ ਮੈਨੂੰ ਫੋਨ ਨੰਬਰ ਦਿੱਤਾ ਅਤੇ ਉਹਨਾਂ ਕਿਹਾ ਵੀ ਠੀਕ ਹੈ ਕੰਟੈਕਟ ਕਰਿਓ ਅਤੇ ਤੀਜੇ ਦਿਨ ਮੈਂ ਇੱਥੇ ਘਰ ਆਇਆ ਅਤੇ ਮੈਨੂੰ ਡੀ ਐੱਸ ਪੀ ਦਾ ਫੋਨ ਆ ਗਿਆ ਵੀ ਐੱਸ ਐੱਸ ਪੀ ਤੁਹਾਡੇ ਘਰ ਆ ਰਹੇ ਆ ਮੈਂ ਕਿਹਾ ਵੀ ਮੇਰੇ ਘਰ ਕਿਵੇਂ ਆ ਰਹੇ ਆ ਅਤੇ ਜੇ ਤੁਸੀਂ ਵੈਸੇ ਚਲੋ ਉਹ ਭਗੌੜਾ ਆਉਣਾ ਜੀ ਸਦਕੇ ਕਿਵੇਂ ਨਹੀਂ ਉਹਨਾਂ ਤੁਹਾਨੂੰ ਮਿਲਣ ਆਉਣਾ
ਮੈਂ ਵੀ ਮਿਲਣਾ, ਮੈਂ ਕਿਹਾ ਕੋਈ ਹੈਗਾ ਲੀਡਰ ਜਾਂ ਅਫਸਰ ਆ, ਮੈਂ ਆ ਜਾਂਦਾ ਜਿੱਥੇ ਉਹ ਆ ਇਹ। ਚਲੋ ਉਹ ਆਪਣਾ ਨਾ ਆਪਣਾ ਕਹਿ ਕੁਆ ਕੇ ਕੋਠੀ ਆ ਜਾਓ, 6 ਵਜੇ ਦਾ ਟਾਈਮ ਰੱਖਿਆ। ਅਤੇ ਉਹ ਇੱਥੋਂ ਡੀ ਐਸ ਪੀ ਦੇ ਮੈਂ ਨਾਲ ਗਿਆ, ਉੱਥੇ ਕੋਠੀ ਕਹਿ ਜਾਂਦੇ ਦਫ਼ਤਰ ਆ ਜਾਓ। ਦਫ਼ਤਰ ਜਦੋਂ ਗਏ ਤਾਂ ਚਲੋ ਉਹ ਮੈਨੂੰ ਅੰਦਰ ਮਿਲਾਇਆ, ਇੱਕ ਡੀ ਐਸ ਪੀ ਸੀ ਅਤੇ ਇੱਕ ਐਸ ਐਸ ਪੀ ਸਾਹਿਬ ਸਨ। ਮੈਨੂੰ ਉਹਨਾਂ ਗੱਲਾਂ ਪੁੱਛੀਆਂ, ਕੁਛ ਮੇਰੇ ਬਾਰੇ, ਕੁਛ ਜੈਪਲ ਬਾਰੇ, ਜੋ ਸੱਚ ਸੀ ਮੈਂ ਉਹਨਾਂ ਨੂੰ ਦਿੱਤਾ। ਅਤੇ ਬੋਲਦਿਆਂ ਬਹਿੰਦਿਆਂ ਹੀ ਮੈਨੂੰ ਕਹਿੰਦੇ ਵੀ ਤੂੰ ਰਿਟਾਇਰ ਹੋਇਆ? ਮੈਂ ਹਾਂਜੀ। ਅਤੇ ਕਿਹੜੀ ਡੇਟ ਨੂੰ? ਮੈਂ ਹੈ। ਕਹਿੰਦਾ ਤੂੰ ਰਿਟਾਇਰ ਹੋਇਆ ਕਿ ਤੈਨੂੰ ਕੱਢਿਆ ਗਿਆ? ਮੈਂ ਜੀ ਨਹੀਂ, ਮੇਰਾ ਐਕਸੀਡੈਂਟ ਹੋ ਗਿਆ ਸੀ, ਮੈਂ ਉੱਥੇ ਐਪਲੀਕੇਸ਼ਨ ਲਿਖ ਕੇ ਦਿੱਤੀ, ਮੈਂ ਰਿਟਾਇਰਮੈਂਟ ਲੈ ਲਈ, ਮੇਰਾ ਸਾਰਾ ਉਹ ਹੋਇਆ ਵਾ, ਚੂੜਾ ਚਾਲਾ ਤਿਆ ਟੁੱਟਾ ਵਾ। ਕਹਿੰਦਾ ਦੇਖ ਲਾ, ਸਾਨੂੰ ਦੂਜਾ ਤਰੀਕਾ ਵੀ ਆਉਂਦਾ ਕਰਨ ਦਾ। ਅਤੇ ਮੈਂ ਜੀ ਜੇ ਦੂਜੇ ਤਰੀਕੇ ਨਾਲ ਹੀ ਕਰਨਾ ਸੀ ਤਾਂ ਫਿਰ ਮੈਨੂੰ ਇੱਥੇ ਦਫ਼ਤਰ 'ਚ ਕਾਹਨੂੰ ਸੱਦਣਾ ਸੀ? ਤੁਸੀਂ ਮੈਨੂੰ ਉੱਥੇ ਸੀ ਆਈ ਸਟਾਫ ਜਿੱਥੇ ਵੀ ਤੁਸੀਂ ਟਾਰਚਰ ਕਰਦੇ ਮੈਨੂੰ ਲੈ ਜਾਂਦੇ ਅਤੇ ਮੈਨੂੰ ਟਾਰਚਰ ਕਰ ਲੈਂਦੇ। ਜਿਹੜੀ ਮੈਂ ਗੱਲ ਕਹਿ ਰਿਹਾ ਉਹ ਤਾਂ ਤੁਹਾਡੀ ਆਉਣ ਦੀ ਰਿਕਾਰਡ ਆ, ਅਤੇ ਉਹਦੇ 'ਚ ਤੁਸੀਂ ਕਰ ਰਹੇ ਹੋ। ਫਿਰ ਵੀ ਉਹਨਾਂ ਦਾ ਮਤਲਬ ਪਹਿਲਾਂ ਤਾਂ ਠੀਕ, ਅਤੇ ਬਾਅਦ 'ਚ ਉਹਨਾਂ ਦਾ ਨਾ ਬੜਾ ਤਰੀਕਾ ਤਰੂਕਾ ਬੋਲਣ ਦਾ ਅਤੇ ਸੀਗਾ, ਰੂੜ ਜਿਹਾ ਵੀ ਜਿਵੇਂ ਮੈਂ ਕੋਈ ਬੜਾ ਵੱਡਾ ਅਪਰਾਧੀ ਹੁੰਦਾ। ਅਤੇ ਮੈਂ ਉਹਨੂੰ ਕਿਹਾ ਜੀ ਮੈਂ ਉੱਥੇ ਜੋ ਮੇਰੇ ਨਾਲ ਧੱਕਾ ਕਰਨਾ ਕਰ ਲਓ, ਮੈਨੂੰ ਹੁਣ ਇੱਥੇ ਸੱਦ ਕੇ ਬਹਾ ਗਏ ਕੁਰਸੀ 'ਤੇ, ਅਤੇ ਤੁਸੀਂ ਮੈਨੂੰ ਜਲੀਲ ਕਰ ਰਹੇ ਹੋ। ਕੋਈ ਗੱਲ ਮੈਂ ਤੁਹਾਨੂੰ ਝੂਠ ਦੱਸਾਂ ਜਾਂ ਲੁਕਾਵਾਂ ਅਤੇ ਮੈਂ ਗੁਨਾਹ, ਤੁਸੀਂ ਜੋ ਮਰਜ਼ੀ ਕਰ ਲਓ। ਅਤੇ ਤੁਸੀਂ ਫਿਰ ਥੋੜ੍ਹਾ ਜਿਹਾ ਨਹੀਂ 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 ਮੈਂ ਉੱਠ ਕੇ ਤੁਰਨ ਲੱਗਾ। ਮੈਂ ਹਾਂਜੀ ਮੈਂ ਜਾਣਾ ਫੜ ਕੇ ਉੱਥੇ ਲੈ ਚੱਲਿਆ ਜੇ, ਜਦੋਂ ਤੁਹਾਡਾ ਜੀ ਕੀਤਾ ਤੁਹਾਡੇ ਕੋਲ ਪਾਵਰ, ਮੈਂ ਤੁਹਾਡੇ ਕੋਲ ਕੀ ਚੀਜ਼ ਹੈ, ਇੰਨੀ ਦੁਨੀਆ ਤੁਸੀਂ ਭੈਣ ਚੋਂ ਟੰਗ ਟੰਗ ਮਾਰਤੀ। ਅਤੇ ਉਹ ਡੀ ਐਸ ਪੀ ਵੀ ਕਹਿੰਦਾ ਨਹੀਂ 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 ਇਹਨਾਂ ਨੂੰ ਭੁਲੇਖਾ ਲੱਗ ਗਿਆ ਜੇ ਵੋ ਆ। ਅਤੇ ਫਿਰ ਮੈਨੂੰ ਕਾਰਡ ਦਿੱਤਾ, ਆ ਲਓ ਕਾਰਡ, ਤੁਸੀਂ ਅੱਧੀ ਰਾਤ ਵੀ, ਮੈਨੂੰ ਨੰਬਰ ਸੀ ਉੱਤੇ ਉਹਨਾਂ ਦਾ ਸਪੈਸ਼ਲ, ਅੱਧੀ ਰਾਤ ਵੀ ਫੋਨ ਕਰ ਸਕਦੇ ਹੋ ਜੇ ਆ ਵੋ ਆ। ਅਤੇ ਹਾਲਾਂ ਮੈਂ ਚਲੋ ਆ ਗਿਆ। ਅਤੇ 2 ਦਿਨ ਬਾਅਦ ਤੜਕੇ ਮੇਰੇ ਘਰ ਪੁਲਿਸ ਆ ਗਈ, ਲੇਡੀ ਪੁਲਿਸ ਦੂਜੀ ਆ। ਅਤੇ ਮੈਂ ਬੂਹਾ ਖੋਲਿਆ ਅਤੇ ਮੈਨੂੰ ਕਹਿੰਦੇ ਜੀ ਤੁਹਾਡੇ ਤੁਹਾਨੂੰ ਸਿਟੀ ਬੁਲਾਇਆ ਅਤੇ ਉੱਥੇ ਅਫਸਰ ਆਏ ਆ ਅਤੇ ਸਾਰੇ ਪੰਜਾਬ 'ਚ ਹੀ ਆਰਡਰ ਆ ਗਿਆ। ਡੀ ਐਸ ਪੀ ਨਾਲ ਸੀ, ਮੈਨੂੰ ਉਹਦਾ ਨਾਮ ਭੁੱਲ ਜਾਂਦਾ, ਮੇਰਾ ਚੰਗਾ ਵਾਕ ਸੀ, ਥਾਣੇਦਾਰ ਰਹੇ ਇਕੱਠੇ, ਅਤੇ ਤੁਹਾਨੂੰ ਛੱਡ ਦਿੱਤਾ ਜਾਏਗਾ ਅਤੇ ਪੁੱਛ ਗਿੱਛ ਕਰਕੇ।